ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਤਸਵੀਰਾਂ ਪਟਿਆਲਾ ਚ ਬਣੇ ਨਵੇਂ ਬੱਸ ਸਟੈਂਡ ਦੀਆਂ ਹਨ ਜਿੱਥੇ ਆਵਾਜਾਈ ਦੀ ਸਮੱਸਿਆ ਨਾਲ ਲੋਕਾਂ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਈ ਰਿਕਸ਼ਾ ਵਾਲੇ ਆਪਣੇ ਰੋਜ਼ਗਾਰ ਲਈ ਬੱਸ ਸਟੈਂਡ ਦੇ ਬਾਹਰ ਖੜ ਜਾਂਦੇ ਹਨ ਪਰ ਇਹ ਆਮ ਲੋਕਾਂ ਲਈ ਮੁਸੀਬਤ ਬਣ ਰਹੇ ਹਨ। ਇੰਨਾ ਹੀ ਨਹੀਂ ਐਂਬੂਲੈਂਸ ਲੰਘਾਉਣ ਵਿੱਚ ਵੀ ਕਾਫੀ ਸਮਾਂ ਲੱਗ ਜਾਂਦਾ ਹੈ ਜਿਸ ਦੇ ਨਾਲ ਇਹ ਟ੍ਰੈਫਿਕ ਕਿਸੇ ਦੀ ਜਾਨ ਤੇ ਵੀ ਭਾਰੂ ਪੈ ਸਕਦੀ ਹੈ। ਇਸ ਟ੍ਰੈਫਿਕ ਦੀ ਸਮੱਸਿਆ ਬਾਰੇ ਅਸੀਂ ਉਪ ਕਪਤਾਨ ਜ਼ਿਲ੍ਹਾ ਟ੍ਰੈਫਿਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਮੱਸਿਆ ਜ਼ਰੂਰ ਹੈ ਪਰ ਅਸੀਂ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਾਲ ਹੀ ਉਹਨਾਂ ਕਿਹਾ ਕਿ ਸਾਡੇ 5 ਮੁਲਾਜ਼ਮ ਬੱਸ ਸਟੈਂਡ ਦੀ ਟ੍ਰੈਫਿਕ ਬਹਾਲ ਕਰਵਾਉਣ ਲਈ ਲਗਾਏ ਹੋਏ ਹਨ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਬਲਜੀਤ ਸੰਨਾ ਦੀ ਰਿਪੋਰਟ। ਹਾਂਜੀ ਸਰ, ਬੱਸ ਸਟੈਂਡ ਉਧਰ ਚਲਾ ਬਾਹਰ ਆਊਟਰ ਤੇ ਚਲਾ ਗਿਆ, ਹੁਣ ਕਿੱਦਾਂ ਕਰੇ? ਟ੍ਰੈਫਿਕ ਪੁਲਿਸ ਵੱਲੋਂ ਕਿੱਦਾਂ ਦੇ ਬੰਦੋਬਸਤ ਕੀਤੇ ਗਏ? ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਤੋਂ ਅਸੀਂ ਟ੍ਰੈਫਿਕ ਦੀ ਸਮੱਸਿਆ ਹਾਲੇ ਦੂਰ ਨਹੀਂ ਹੋਈ ਹੈ, ਅਭੀ ਅਸੀਂ ਦੂਰ ਕਰਨ ਦੀ ਬਹੁਤ ਕੋਸ਼ਿਸ਼ ਕਰ ਰਹੇ ਨੇ। ਹੁਣ ਜਿਵੇਂ ਅਸੀਂ ਪਿੱਛੋਂ ਗੱਡੀਆਂ ਆਉਂਦੀਆਂ ਨੇ, ਜਿਹੜੇ ਈ ਰਿਕਸ਼ਾ ਵਾਲੇ ਨੇ ਇਹਨਾਂ ਕੋਲ ਉਹ ਗੱਡੀ ਖੜੀ ਕਰ ਦਿੰਦੇ ਨੇ, ਗੱਡੀ ਖੜੀ ਕਰਨ ਤੋਂ ਉਪਰੰਤ ਪਿੱਛੇ ਗੱਡੀਆਂ ਲੱਗ ਜਾਂਦੀਆਂ ਨੇ, ਪਿੱਛੇ ਗੱਡੀ ਲੱਗਣ ਕਰਕੇ ਫਿਰ ਉਹ ਟ੍ਰੈਫਿਕ ਜਾਮ ਹੋ ਜਾਂਦਾ। ਅਸੀਂ ਤਾਂ ਇੱਕ ਟਵੇਰਾ ਉੱਥੇ 2 PCR 4-5 ਮੁਲਾਜ਼ਮ ਲਾਏ ਹੋਏ ਨੇ, ਹੌਲੀ ਹੌਲੀ ਥੋੜ੍ਹੀ ਸਮੱਸਿਆ ਇਹ ਦੂਰ ਹੋ ਜੂਗੀ। ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਜਲਦੀ ਇਹ ਕੋਸ਼ਿਸ਼ ਉਹ ਦੂਰ ਹੋ ਜਾਵੇਗੀ ਤਾਂ ਆਮ ਜਨਤਾ ਨੂੰ ਵੀ ਪਰੇਸ਼ਾਨੀ ਦੂਰ ਹੋਊਗੀ। ਲੇਕਿਨ ਸਰ, ਦੇਖਿਆ ਜਾਏ ਕਿ ਕੁਝ ਆਟੋ ਰਿਕਸ਼ਾ ਵਾਲੇ ਬਾਹਰ ਆਏ, ਈ ਰਿਕਸ਼ਾ ਵਾਲਿਆਂ ਵਾਸਤੇ ਨਾ ਲੋਕਾਂ ਨੂੰ ਵੀ ਬਹੁਤ ਪਰੇਸ਼ਾਨ, ਕੱਲ੍ਹ ਐਂਬੂਲੈਂਸ ਵੀ ਫਸ ਗਈ ਸੀ ਸਰ, ਇਹ ਈ ਰਿਕਸ਼ਾ ਵਾਲਿਆਂ ਵਾਸਤੇ ਕੁਝ ਇਹਨਾਂ ਦੇ ਨੰਬਰ ਜਾਂ ਇਹਨਾਂ ਨਾਲ ਕੋਈ ਮੀਟਿੰਗ ਫਿਕਸ ਕੀਤੀ ਹੈ ਸਰ ਤੁਹਾਡੇ ਵੱਲੋਂ? ਅਸੀਂ ਇਹਨਾਂ ਦੀ ਮੀਟਿੰਗ ਵੀ ਫਿਕਸ ਕੀਤੀ, ਜੋ ਜਿਹੜੇ ਬੰਦੇ ਨੇ ਇਕੱਠੇ 200-200, 500-500 ਰੱਖੇ ਨੇ ਈ ਰਿਕਸ਼ਾ, ਉਹਨਾਂ ਦੀ ਮੀਟਿੰਗ ਵੀ ਕਰਾਂਗੇ, ਕਰਕੇ ਇਹਨਾਂ ਦਾ ਫਿਰ ਹਿਦਾਇਤ ਵੀ ਕਰਾਂਗੇ, ਫਿਰ ਨਹੀਂ ਤਾਂ ਬਣਦੀ ਕਾਰਵਾਈ ਕਰਾਂਗੇ ਇਹਨਾਂ ਖਿਲਾਫ਼। ਇਹਨਾਂ ਨੇ ਨੰਬਰ ਪਲੇਟ ਲਗਾਇਆ ਸਰ, ਨੰਬਰ ਨਹੀਂ ਲਿਖੇ ਪਏ ਉਹਦੇ, ਇਹਨਾਂ ਦੇ ਕੋਲ ਆਰਸੀ ਹੁੰਦੀ ਹੈ ਸਰ। ਹਾਂ, ਇਹਨਾਂ ਦੇ ਕਈ ਵਾਰ ਅਸੀਂ ਵਾਰਨਿੰਗ ਵੀ ਦਿੱਤੀ, ਹੁਣ ਅੱਗੇ ਤੋਂ ਇਹਨਾਂ ਨੂੰ ਇਹ ਕਰਾਂਗੇ, ਬੰਦ ਹੀ ਕਰਾਂਗੇ, ਨਹੀਂ ਤਾਂ ਇਹ ਹੈ ਨਾ ਗਲਤ ਕਰਦੇ ਨੇ, ਕਿਤੇ ਵੀ ਰਿਕਸ਼ਾ ਖੜੀ ਕਰ ਦਿੰਦੇ ਨੇ, ਰੋਂਗ ਪਾਰਕਿੰਗ ਕਰ ਲੈਂਦੇ ਨੇ, ਪਰੇਸ਼ਾਨੀ ਹੁੰਦੀ ਆਮ ਪਬਲਿਕ ਨੂੰ, ਇਹਨਾਂ ਨੂੰ ਬਣਦੀ ਕਾਰਵਾਈ ਇਹਨਾਂ ਦੇ ਖਿਲਾਫ਼ ਕਰਨੀ ਪੈਣੀ। ਕਿਉਂਕਿ ਸਰ, ਕੱਲ੍ਹ ਮੌਕੇ 'ਤੇ ਅਸੀਂ ਵੀ ਸੀ, ਕੁਝ ਐਂਬੂਲੈਂਸ ਵੀ ਫਸ ਗਈ ਸੀ, ਅਤੇ ਈ ਰਿਕਸ਼ਾ ਵਾਲਾ ਨਸੀ ਵੀ ਗੱਲ ਨਾਲ ਸਾਡੇ ਨਾਲ ਵੀ ਉਲਝੇ ਆ ਥੋੜ੍ਹਾ ਜਿਹਾ। ਨਹੀਂ ਨਹੀਂ, ਅੱਗੇ ਤਾਂ ਇਹ ਪ੍ਰੋਬਲਮ ਮੈਂ ਖੁਦ ਜਾ ਕੇ ਚੈੱਕ ਕਰੂੰਗਾ, ਔਰ ਚੈੱਕ ਕਰਕੇ ਪ੍ਰੋਬਲਮ ਅੱਗੇ ਤੋਂ ਨਹੀਂ ਆਊਗੀ, ਔਰ ਅੱਗੇ ਭਵਿੱਖ ਵਿੱਚ ਇੱਦਾਂ ਦਾ ਹੋਊਗਾ ਤਾਂ ਫਿਰ ਇਹਨਾਂ ਦੇ ਖਿਲਾਫ਼ ਬਣ ਦੀ ਕਾਰਵਾਈ ਕਰਾਂਗੇ। ਸਰ, ਗੱਲ ਕਰੀਏ, ਕੁਝ ਬੱਸ ਸਟੈਂਡ ਦੇ ਰੂਟ ਵੀ ਬਣੇ ਪਏ ਆ, ਉਹਦੇ ਵਾਸਤੇ ਟ੍ਰੈਫਿਕ ਪੋਸਟ ਵੀ ਬਣਾਈ ਗਈ ਹੈ ਤੁਹਾਡੇ ਵੱਲੋਂ ਕੋਈ? ਹਾਂਜੀ, ਅਸੀਂ ਇੱਕ 5-5 ਮੁਲਾਜ਼ਮ ਅਸੀਂ ਪੱਕੇ ਲਾਤੇ, ਹੁਣ ਅਰਬਨ ਸਟੇਟ ਬੜੀ ਨਦੀ ਤੇ ਇੱਕ ਆਪਣਾ ਫੋਕਲ ਪੁਆਇੰਟ, ਇੱਕ ਸਰਹੰਦ ਬਾਈਪਾਸ, ਇਹ ਇੱਕ ਟਵੇਰਾ ਉੱਥੇ ਖੜਦੀ ਹੈ, 2 PCR ਲਾਤੇ, ਅਸੀਂ ਕਾਫੀ ਕੋਸ਼ਿਸ਼ ਕਰੇ ਹੋਰ ਵੀ ਮੁਲਾਜ਼ਮ ਲਾਏ ਜਾਣ ਤਾਂ ਕਿ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਆਉਣ ਜਾਣ ਉੱਥੇ।